You are listening to Harman Radio. Stay tuned 24 hours, 7 days from your heart. आजा आजा ताया आजा आजा ताया आजा आजा बैदा प्रोग्राम दे विच आपां शुरू करना चाहिए ओ प्रोग्राम शुरू कर लेने हैं यार मेरी भी करे अरे इंटरव्यू करा रहे हरमन रेलवे से ताया इंटरव्यू तो सिंगरां दी करदे हैं गायकां दी करदे हैं गीतकारां दी करदे हैं लेखकां दी करदे हैं तू की कीता चलो मैं कुछ कीता ही नहीं ओ जिया ओ बलिया वड्डा तू प्रधान आ मैं भी अगर सिंगल ट्रैक कदी बैठा सिंगल ट्रैक ला बाबूया सिंगल ट्रैक करना कोई औखा चार पैसे इधर उधर फड़के थोड़ी बहुत गायकी यार करके तो बंदा सिंगल ट्रैक कर लेंदा अच्छा केड़ा गीत दा की नाम गीत चख लो होगी ये तो नचे गिदे दे विच आन की तो दा पहला आया गीत ਉਹ ਆਇਆ ਹੋਊ ਪਹਿਲਾਂ ਜੋ ਮੈਂ ਪਹਿਲਾਂ ਸੁਣਿਆ ਨਹੀਂ ਮੈਂ ਕੱਢ ਦਿੱਤਾ ਤੇ ਕੋਈ ਬਲਾ ਆ ਗਈ ਆ ਨਹੀਂ ਨਹੀਂ ਫੇਰ ਵੀ ਜਿਹੜਾ ਗੀਤ ਪਹਿਲਾਂ ਉਹ ਦੁਬਾਰਾ ਨਹੀਂ ਕੱਢ ਸਕਦੇ ਕੱਢ ਖੋਲੇ ਕਿੱਦਾਂ ਨਹੀਂ ਸਕਦੇ ਆ ਇੱਥੇ ਹੈਗਾ ਇੱਕ ਗੱਲ ਦੇ ਉੱਤੇ 3600 ਗੀਤ ਆਇਆ ਤੇ ਅਸੀਂ ਇੱਕ ਵੀ ਨਹੀਂ ਕੱਢ ਸਕਦੇ ਬਹੁਤੀਆਂ ਗੱਲਾਂ ਨਾ ਮਾਰ ਮੇਰੀ ਇੰਟਰਵਿਊ ਕਰਾ ਤੇ ਤਾਂ ਸ਼ੁਰੂ ਕਰੀਏ ਇੰਟਰਵਿਊ ਫਿਰ ਕਰੋ ਕਰੋ ਹੋਰ ਇੱਥੇ ਕਿਹੜਾ ਪ੍ਰਸ਼ਾਦ ਨਾਲ ਲੈ ਕੇ ਆਉਣਾ ਕਰੋ ਸ਼ੁਰੂ ਹਾਂਜੀ ਪਿਆਰਿਓ ਤੁਸੀਂ ਸੁਣ ਰਹੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਸਾਡੇ ਨਾਲ ਕਲਾਕਾਰ ਅੱਜ ਦੇ ਤਾਇਆ ਬਿਸ਼ਨ ਸਿੰਘ ਅੱਜ ਦੇ ਪ੍ਰੋਗਰਾਮ ਦੇ ਸਾਡੇ ਸ਼ਿੰਗਾਰ ਤਾਇਆ ਜੀ ਨਾਲ ਰੂਬਰੂ ਕਰਾਉਂਦੇ ਤਾਇਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਕੋਈ ਨਾਮ ਬਣਾ ਹੈ ਪ੍ਰੋਗਰਾਮ ਖੁੱਲਾ ਅਖਾੜਾ ਅਰੇ ਖੁੱਲਾ ਅਖਾੜਾ ਤੂੰ ਤੇ ਮੈਂ ਕਿਹੜਾ ਖੁੱਲਾ ਅਖਾੜਾ ਤੀਜਾ ਬੰਦਾ ਹੀ ਹੈ ਕੋਈ ਨਹੀਂ ਤਾਇਆ ਪ੍ਰੋਗਰਾਮ ਚ ਸੁਣ ਲੈ ਰੱਖਾਂ ਲਖਾਂ ਦੇ ਚਲੋ ਸੁਣ ਰਿਹਾ ਤੂੰ ਕਹਿੰਦੇ ਜੋ ਸੁਣ ਲੈਂਦੇ ਹੁਣ ਇਹਦੇ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਤਾਂ ਤੁਸੀਂ ਥੋੜਾ ਪ੍ਰੋਗਰਾਮ ਦਾ ਸਵਾਗਤ ਕਰਨਾ ਚੋ ਮੈਂ ਕਰ ਲਿਆ ਕੋਈ ਲੋੜਾ ਆ ਗਿਆ ਤੂੰ ਅੱਗੇ ਚੱਲ ਆ ਇਹ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਕਿ ਤੈਨੂੰ ਗਾਇਕੀ ਦਾ ਸ਼ੌਂਕ ਕਦੋਂ ਤੋਂ ਹੋਇਆ ਜਮ ਦੇ ਸੁਣਦਾ ਨੀ ਕਹਿੰਦਾ ਜੀ ਮੈਂ ਕਿਹੜਾ ਉਹ ਜਮ ਦੇ ਜਮ ਦੇ ਕਿਹੜਾ ਗਾਉਂਦਾ ਹੁੰਦਾ ਤੈਨੂੰ ਮੈਂ ਕਦੋਂ ਕਿਹਾ ਕਦੋਂ ਗਾਉਂਦਾ ਹੁੰਦਾ ਤੁਸੀਂ ਤੇ ਕਿਹਾ ਤੂੰ ਸ਼ੌਂਕ ਦਾ ਪੁੱਛਿਆ ਵੀ ਕਦੋਂ ਪਿਆ ਮੈਂ ਕਿਹਾ ਜਮ ਦੇ ਤੈਨੂੰ ਕਿਹਾ ਮੈਂ ਜਮ ਦੇ ਗਾਉਣ ਲੱਗ ਪਿਆ ਤਾਂ ਫਟੇ ਖਾਲ ਤੁਹਾਡੇ ਅੱਛਾ ਸ਼ੌਂਕ ਜਨਮ ਦੇ ਹੀ ਅੱਜ ਸ਼ੌਂਕ ਜਮ ਦੇ ਪੈ ਗਿਆ ਦਾਈਆਂ ਆੜੀਆਂ ਖੁਸਰੇ ਆ ਗਏ ਜਿਉਂ ਉੱਧਰ ਝੁੰਮੀ ਲੱਗੇ ਪਾਉਣ ਉਪਰੋਂ ਲੈਟ ਮੁੜ ਗਈ ਖੁਸਰੇ ਨੱਚਦੇ ਫੜਨ ਉਪਰੋਂ ਧੁੰਦਾ ਰਿਹਾ ਮੌਸਮ ਜਨਵਰੀ ਫਰਵਰੀ ਦਾ ਉਹ ਖੁਸਰੇ ਆਸੇ ਚ ਨੱਚਦੇ ਨੱਚਦੇ ਸਿਰ ਫੜਵਾ ਕੇ ਬਹਿ ਗਿਆ ਲਹੂ ਲੁਹਾਨ ਹੋ ਗਿਆ ਅਸੀਂ ਤੇ ਖੂਨੀ ਦਾਤਾਂ ਲਿਖੀਆਂ ਕਿਸਾਬ ਦੀ ਜਨਮ ਤੇ ਤਾਂ ਫਿਰ ਸ਼ੌਂਕ ਕਿੱਦਾਂ ਪੈਦਾ ਹੋਇਆ ਤਾਂ ਖੁਸਰੇ ਪਤਾ ਜਿਹੜਾ ਉਹ ਜਿਹੜਾ ਗੀਤ ਗੂਤ ਗਾਉਂਦੇ ਜਿਹੜਾ ਸ਼ੌਂਕ ਦਾ ਨੇੜਾ ਨਹੀਂ ਗੋਰੀ ਉਹ ਗੀਤ ਸੰਗੀਤ ਨੇ ਅੱਛਾ ਅੱਛਾ ਮਤਲਬ ਖੁਸਰੇ ਗਾਉਂਦੇ ਰਿਹਾ ਤੇ ਤੂੰ ਨਾਲ ਨੱਚਦਾ ਰਿਹਾ ਨੱਚਣ ਲੱਗ ਪਿਆ ਹੱਥ ਪੈਰ ਜਾਂ ਮਾਰਦੇ ਨੱਚਦੇ ਤਾਂ ਨਹੀਂ ਕਰ ਸਕਦੇ ਅੱਛਾ ਤਾਇਆ ਜੀ ਤੇ ਉਸ ਤੋਂ ਬਾਅਦ ਗਾਇਕੀ ਕਿੱਦਾਂ ਸ਼ੁਰੂਆਤ ਕੀਤੀ ਪਹਿਲਾ ਗੀਤ ਕਿਹੜਾ ਗਾਇਆ ਪਹਿਲਾ ਗੀਤ ਨਹੀਂ ਦਿਮਾਗੇ ਨਹੀਂ ਮੇਰੇ ਕਿਹੜਾ ਗਾਇਆ ਹੋਊਗਾ ਗਾਇਆ ਹੋਊ ਕੋਈ ਤੇ ਉਹਨਾਂ ਨੇ ਗਾਇਆ ਹੀ ਹੋਊ ਉੱਥੇ ਦਾ ਬੰਦਾ ਕੋਈ ਗੀਤ ਕੱਢ ਨਹੀਂ ਲੈਂਦਾ ਗਾਇਆ ਹੋਣਾ ਯਾਦ ਨਹੀਂ ਮੇਰੇ ਦੱਸਣਾ ਪਊ ਤਾ ਜਦੋਂ ਯਾਦ ਹੀ ਨਹੀਂ ਤੇ ਦੱਸਣ ਦਾ ਕੀ ਫਾਇਦਾ ਚਲੋ ਠੀਕ ਆ ਤੇ ਤਾਇਆ ਗਾਇਕੀ ਦੀ ਸ਼ੁਰੂਆਤ ਕਿਵੇਂ ਗਾਂ ਅੱਗੇ ਵੱਧਦੀ ਗਈ ਮੈਂ ਜਿਹੜੇ ਜਿਹੜੇ ਵੱਡੇ ਹੁੰਦੇ ਨਾਲ ਗਾਇਕੀ ਵੱਡੀ ਹੁੰਦੀ ਮੈਂ ਨਾ ਬਚਪਨ ਚ ਮਜ਼ਾ ਚੜਾਉਣ ਜਾਂਦਾ ਉਹਦਾ ਮੱਝਾਂ ਚਰਾਉਣ ਮਜ਼ਾ ਚਾਰ ਨਹੀਂ ਜਾਂਦੇ ਚਰਾਉਣ ਇੱਥੇ ਮੇਰੇ ਕਿਹੜਾ ਬਹੁਤ ਗਾਂ ਜ਼ਿਮੀਦਾਰ ਰੱਖੇ ਆਪ ਚਾਰਦੇ ਰਹੇ ਮਜ਼ਾ ਚਾਰ ਨਹੀਂ ਜਾਂਦੇ ਰਹੇ ਤੇ ਮੈਂ ਨਾ ਰਾਂਝੇ ਦਾ ਫੈਨ ਪਾਉਂਦਾ ਰਿਹਾ ਰਾਂਝੇ ਦਾ ਰਾਂਝਾ ਹੀਰ ਰਾਂਝੇ ਵਾਲਾ ਰਾਂਝੇ ਨੂੰ ਬੜਾ ਹੀਰ ਰਾਂਝੇ ਵਾਲਾ ਮੇਰਾ ਸੁਣ ਕੇ ਮੈਨੂੰ ਦੱਸਿਆ ਡਰ ਫਟੇ ਹਾਰ ਆ ਹੀਰ ਰਾਂਝੇ ਵਾਲਾ ਰਾਂਝੇ ਨੂੰ ਤਾਂ ਮੈਂ ਬਹੁਤ ਫੜ ਗਿਆ ਉਹ ਮੇਰੇ ਵਿੱਚ ਕੁਝ ਸਮਾਨ ਢਾਵਾਂ ਨੇ ਕਿਹੜੀਆਂ ਕਿਹੜੀਆਂ ਉਹ ਵੀ ਮੱਝਾਂ ਚਾਰਦਾ ਰਿਹਾ ਮੈਂ ਵੀ ਮੱਝਾਂ ਚਾਰਦਾ ਰਿਹਾ ਉਹਦੀ ਹੀਰ ਸਾਈਡੇ ਨੇ ਚੜ ਗਈ ਮੇਰੀ ਹੀਰ ਪਤਾ ਨੀ ਕਿਹਾ ਦੋਨੇ ਚਲੇ ਗਈ ਪਤਾ ਨੀ ਫਿਰ ਦੋਨੇ ਚਲੇ ਗਈ ਮੈਨੂੰ ਨੀ ਪਤਾ ਲੱਗਾ
बात किसी बजाई हुई गई है, मैं उसे बजुर्ग जो बड़ा गीत खाना लिखा भाई इतने कराता मूर्खा हूं कुछ वही गीत सुना रहे मूर्ख खराब करता मेरा हूं पुराने दिन गीते कराता। अजीता जी बड़ा खूबसूरत गीत आप सुना गे ते ये ताए दी इंटरव्यू इदा ही जारी रखोगे जी। सुनते रहो हरमन रेडियो आस्ट्रेलिया, दिल पंजाबी जज्बा पंजाबी। सुनो सुनो भरावा मन एक पासे कर। ਹਾਂਜੀ ਪਿਆਰੋ ਤੇ ਤਾਇਆ ਉਹ ਗੀਤ ਵਧੀਆ ਸੀ। ਉਹ ਵਧੀਆ ਪਤਾਵਾ ਮਾਰ ਜਾਊ ਕੋ ਗੀਤ ਦੁਨਾ ਮਨ ਚੱਲ ਦੂਸਰੇ ਪਾਸੇ ਲਾ ਗਿਆ ਚੱਲ ਤੂੰ ਆਉਂਦੇ ਇੰਟਰਵਿਊ। ਹਾਂਜੀ ਤਾਇਆ, ਹਾਂਜੀ ਪਿਆਰੋ, ਤਾਏ ਨਾਲ ਇੰਟਰਵਿਊ ਚੱਲ ਰਹੀ ਆ, ਬਹੁਤ ਬੜੀ ਖੂਬਸੂਰਤ ਗੱਲਾਂ ਬਾਤਾਂ ਚੱਲ ਰਹੀਆਂ ਸੀ। ਤਾਇਆ ਵੀ ਮਤਲਬ ਗਾਇਕੀ ਫਿਰ ਅੱਗੇ ਕਿਵੇਂ ਵਧੀ? ਉਹ ਗਾਇਕੀ ਤਾਂ ਵਧੀ ਜਾਣੀ, ਗਾਇਕੀ ਪਤਾਵਾ ਮੈਂ ਮਜ਼ਾ ਨੂੰ ਸੁਣਾ ਸੁਣਾਉਂਦਾ ਰਿਹਾ ਤੇ ਮੇਰੇ ਮਨ ਦੇ ਵਿੱਚ ਖਿਆਲ ਆ ਵੀ ਮੈਂ ਇੰਨਾ ਸੁਰੀਲਾ ਗਾਉਣਾ, ਇੰਨਾ ਸੁਰੀਲਾ ਗਾਉਣਾ, ਕਟੜੂ ਬਸ਼ੂ ਨੂੰ ਸੁਣਾ ਸੁਣਾਂਗੇ ਆਪਣਾ ਟੈਲੈਂਟ ਨੂੰ ਖਰਾਬ ਕਿਉਂ ਕਰੀ ਵੀ ਕੌਮ ਤੱਕ ਸਾਡੇ ਦੁਨੀਆਂ ਤੱਕ ਲੱਖਾਂ ਕਰੋੜਾਂ ਦੀ ਆਬਾਦੀ ਤੱਕ ਇਹ ਗਾਇਕੀ ਦਾ ਰੰਗ ਪਹੁੰਚਣਾ ਚਾਹੀਦਾ। ਅੱਛਾ ਫਿਰ ਮੈਂ ਕਦੇ ਦੋ ਚਾਰ ਵਾਰੀ ਮਜ਼ਾ ਗਾਵਾਂ ਕੋ ਕਦੇ ਗਾਇਆ ਹੋਊਗਾ, ਮਜ਼ਾ ਸਾਡੇ ਕੋਲ 30-32 ਹੁੰਦੀਆਂ ਸੀ। ਹਾਂ ਹਾਂ ਮੈਨੂੰ ਪਤਾ, ਤੈਨੂੰ ਬੜਾ ਤੂੰ ਚੁਣਦਾ ਰਿਹਾ। ਨਹੀਂ ਤਾਂ ਤੂੰ ਤਾਂ ਦੱਸਿਆ ਆ, ਚੁੱਪ ਕਰਕੇ ਬਹਿ ਜਾ। ਉਹ ਮੈਂ ਗਾਉਂਦਾ ਗਾਉਂਦਾ ਰਿਹਾ ਤੇ ਉਹ ਕੰਮ ਅਵਦਾ ਹੋ ਗਿਆ। ਕਿੱਦਾਂ? ਉਹਦਾ ਤਾਂ ਨਹੀਂ, ਘਰਦੇ ਨੂੰ ਪਤਾ ਲੱਗਿਆ ਵੀ ਮੁੰਡਾ ਸਾਡਾ ਸਿੰਗਰ ਬਣਨਾ ਚਾਹੁੰਦਾ ਤੇ ਵਿੱਚੋਂ ਦੋਵਾਂ ਘਰਦਿਆਂ ਬਾਅਦ ਬਾਲੀਆਂ ਨਾ 65% ਮਜ਼ਾ ਨਾ ਮੈਨੂੰ ਹਟ ਗਈਆਂ, ਬਟ
ਦੰਦ ਕਰ ਦੰਦ ਸਾਡੀਆਂ ਮਜਾ ਮਿਲਣ ਵਾਲੀਆਂ ਤੈਨੂੰ ਦੰਦ ਸਮਝ ਨਹੀਂ ਨਹੀਂ ਫਿਰ ਬੁੜੇ ਨੇ ਨਾ ਨਿਗਾਹ ਰੱਖੀ ਵੀ ਮਜਾ ਮਿਲਣੀਆਂ ਕਦੋਂ ਫੜ ਗਈਆਂ ਇਹ ਮਨਾ ਵੀ ਚੱਕਰ ਕੀ ਪਿਆ ਵੀ ਜਾਨ ਦੁੱਧ ਕਿਤੇ ਪੀ ਪੂ ਲੈਂਦਾ ਤੇ ਜਾਂ ਕੋਈ ਹੋਰ ਦਫੜਾ ਫਿਰ ਉਹਨੇ ਕਿਤੇ ਨਾ ਨਿਗਾਹ ਰੱਖੀ ਮਗਰ ਮੇਰੇ ਆ ਗਿਆ ਤੇ ਮੈਂ ਗਾਉਣ ਡਿਆ ਹੀ ਬੋਲ ਮਾਰਾ ਗੀਤ ਜੜ ਬੈਠ ਗਏ ਤੂੰ ਮੇਰੀ ਅੱਛਾ ਆ ਰਾਗ ਲੱਗਾ ਹੁਣ ਰਾਗ ਮੈਨੂੰ ਯਾਦ ਨਹੀਂ ਕਿਹੜਾ ਪੈਰਵੀ ਸੀ ਤੇ ਕਿਹੜਾ ਹੀ ਲਗਾ ਜਰੂਰ ਉਹਨੇ ਮੈਨੂੰ ਫੜ ਕੇ ਧੋਣੋ ਕਹਿੰਦਾ ਸਾਰਾ ਤੂੰ ਹੀ ਮੱਝਾਂ ਸਾਰੀਆਂ ਦੁੱਧ ਤੋਂ ਹਟਾਈਆਂ ਹੀ ਮੈਂ ਕਿਹਾ ਜਿਹੜੀ ਜੀ ਇਹ ਜਿਹੜੀ ਗਾਇਕੀ ਹੁੰਦੀ ਨਾ ਇਹ ਸੁਰਾਂ ਦੇ ਵਿੱਚ ਮਿਠਾਸ ਹੋਵੇ ਨਾ ਮੱਝਾਂ ਦੁੱਧ ਲਾ ਵੀ ਸਕਦੀਆਂ ਚੜਾ ਵੀ ਸਕਦੀਆਂ ਇਹ ਅੰਤਰ ਧਿਆਨ ਹੋਈਆਂ ਪਈਆਂ ਦੁੱਧ ਆਉਣ ਵਾਲੇ ਸਮੇਂ ਚ ਲਿਖੂਗਾ ਫਿਰ ਬਸ ਵੇਖੀ ਭਰਾਵਾ ਫਿਰ ਉਹਨੇ ਮੱਝਾਂ ਵੇਚਤੀਆਂ ਚ ਮੈਂ ਗਾਇਕੀ ਤੋਂ ਨਾ ਥੋੜਾ ਜਿਹਾ ਦੂਰ ਹੁੰਦਾ ਹੁੰਦਾ ਦੂਰ ਹੋ ਗਿਆ ਜਿਵੇਂ ਕਹਿੰਦਾ ਨੀ ਚੰਨਾ ਦੂਰ ਹੁੰਦਾ ਹੁੰਦਾ ਕਿਤੇ ਦੂਰ ਹੀ ਨਾ ਹੋ ਜੀ ਉਹ ਹਿਸਾਬ ਦੇ ਨਾਲ ਕੰਮ ਮੇਰਾ ਬਣ ਗਿਆ ਫਿਰ ਤਾਂ ਮਗਰੋਂ ਮੱਝਾਂ ਮੇਰੀ ਓਰੀਅੰਸ ਜਿਹੜੀ ਸੀ ਮੇਨ ਸੀਗੀ ਮੱਝਾਂ ਦੇ ਕਰੜੂ ਵਛੜੂ ਤੇ ਓਰੀਅੰਸ ਦੇ ਲੱਗੇ ਮੈਂ ਫਿਰ ਸੋਚਿਆ ਮਨਾ ਇੰਨਾ ਤੇਰਾ ਗਲਾ ਖੂਬਸੂਰਤ ਇੰਨਾ ਨੂੰ ਸੁਰੀਲਾ ਗਾਉਣਾ ਤੇ ਇਹਨੂੰ ਛੱਡਣਾ ਨੀ ਚਾਹੀਦਾ ਕਲਾ ਕਹਿੰਦੇ ਜੇ ਬੰਦੇ ਕੋਲ ਹੋਵੇ ਉਹਨੂੰ ਨੱਪ ਕੇ ਬਹਿ ਜਾਣਾ ਚਾਹੀਦਾ ਪੂਰਾ ਖਹਿੜਾ ਨਾ ਹੀ ਛੱਡੇ ਕਲਾ ਹੀ ਬੰਦੇ ਨੂੰ ਸੈਂਕੜਾਂ ਤੋਂ ਜਹਾਜਾਂ ਤੱਕ ਝੂਟੇ ਡਵਾਉਂਦੀ ਆ ਉਦੋਂ ਬਾਅਦ ਫਿਰ ਮੈਂ ਖੁਰੇ ਚ ਗਾਉਣ ਲੱਗ ਪਿਆ ਖੁਰੇ ਬੈਥਰੂਮ ਨੀ ਹੁੰਦੇ ਬੈਥਰੂਮ ਦੇ ਵਿੱਚ ਅੱਛਾ ਬਾਥਰੂਮ ਸਿੰਗਰ ਬਣ ਗਿਆ ਵਾ ਹਾਂ ਬੈਥਰੂਮ ਸਿੰਗਰ ਬਣ ਗਿਆ ਤਾ ਜੀ ਰੁਕਿਓ ਰੁਕਿਓ ਆਪਾਂ ਗੱਲਾਂ ਬਾਤਾਂ ਏਦਾਂ ਜਾਰੀ ਰੱਖਣੀਆਂ ਕੋਈ ਆਪਣੇ ਪਸੰਦ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਸੁਣਾ ਦੋ ਜੀ ਕੋਈ ਵੀ ਸੁਣਾ ਦੋ ਸਾਰੇ ਸਾਡੀ ਪਸੰਦ ਦੀ ਹੈ ਲਓ ਪਿਆਰੋ ਖੂਬਸੂਰਤ ਜਿਹਾ ਗੀਤ ਸੁਣਦੇ ਆ ਚੱਲਦੀ ਰਹੂਗੀ ਸਾਡੀ ਇੰਟਰਵਿਊ ਮੈਂ ਤੋਂ ਨਾਲ ਨੀ ਰਲੀਦਾ ਤੇਰੇ ਵੇ ਪੁੱਟ ਨਾ ਪਲਾਂਗਾ ਲੰਮੀਆਂ ਵੇ ਪੁੱਟ ਨਾ ਪਲਾਂਗਾ ਲੰਮੀਆਂ ਵੇ ਮੈਥੋਂ ਨਾਲ ਨੀ ਰਲੀਦਾ ਤੇਰੇ ਵੇ ਪੁੱਟ ਨਾ ਪਲਾਂਗਾ ਲੰਮੀਆਂ ਵੇ ਪੁੱਟ ਨਾ ਪਲਾਂਗਾ ਲੰਮੀਆਂ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ ਦੁਖਦੇ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ ਦੁਖਦੇ ਹੁਣ ਗੋਤਾ ਲੱਗਦੈ ਚੁੱਕੇ ਆਸਮਾਨ ਤੇਰਾ ਖੋਤਾ ਲੱਗਦੈ ਨੀ ਪੇਕਿਆਂ ਤੋਂ ਮੁੜੀ ਹੁਣ ਗੋਤਾ ਲੱਗਦੈ ਚੁੱਕੇ ਆਸਮਾਨ ਤੇਰਾ ਖੋਤਾ ਲੱਗਦੈ ਮੀਨਾ ਹਾੜਦਾ ਤੇ ਸਿਖਰ ਦੁਪਹਿਰਾ ਨੀ ਧੁੱਪ ਵਿੱਚ ਅੰਗ ਸੁੱਕਦੇ ਨੇ ਧੁੱਪ ਵਿੱਚ ਅੰਗ ਸੁੱਕਦੇ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ ਦੁਖਦੇ ਸੋਚਿਆ ਸੀ ਗੱਡੀ ਉੱਤੇ
शकीनिया ने घर पटना नी सारा दिन नामे थूमे लावे बटना तेरिया शकीनिया ने घर पटना बहुती औखिया है बहुती औखिया ते पी लै फुट पानी नी बैजा जाके शामे रुख दे हो बैजा जाके शामे रुख दे देखे आन वारी जाती सी तू उड़ी नी मुड़ी दे पैर दुख दे ने मुड़ी दे पैर दुख दे वाह वाह ताया बड़ा खूबसूरत जा गीत आपा सुनिया ताया जी कहंदे हुंदे के गायकी विच रियाज बहुत जरूरी तुसी रियाज करदे ही रियाज करदे हो रियाज करदे कमरा रियाज बना गायकी के दिन निखार आउंदे आ रियाज बड़ा लोड़ियां दा रियाज कीता इन्ना रियाज कीता इन्ना रियाज कीता बहुत ज्यादा रियाज कीता पूछी ना मैंने पूछूंगा तो मैं जरूर तो मैं फिर दसूंगा भी जरूर यहाँ पहुंचा मतलब किदा रियाज दा आगाज किदा कर दे रियाज ना शुरू पहले मैं कीता पहले मैं आप ही तेनू पता भी सुर इधर उधर करदा रहा मैं क्या भाई वाजा भी चाहिदा तबले आला भी चाहिदा मैं 150 रुपया ना उखे सौके निका कटा वेच के कीता कटा निका गेड़ा आंदा निका गेड़ा सोरन तेन की पता चुप करके बहुत निका गेड़ा बचा 2-3 गेड़े निका ओ ना रखा बचा 150 रुपया होया मैं तबले आला वाजे आला कठे करके ना भी तड़के तड़के मैं भी रियाज करना चाहिए गला थोड़ा ज्यादा सिर हां ता तड़के रियाज हों ज्यादा क्यों श्यामा रियाज श्यामा गुस्से हो जाता पूरा तड़के भी जाता तड़का भी हो जाता पर तड़के का रियाज कम करना इन्हें 4 बजे ना तबड़े वाला ठा के 4 चंगी सिखा के ते वाजा मैं आप ही खा लिया मैं वाजे का सब मैं लगाना अच्छा फिर मैं पहला सुर चर्चा करके तो मैं पहला गीत कहना चाहता सी भी दुश्मन मरे दुश्मन के लड़ मेरी बहुत ही लगती तो मैं पहला सुर लाया दुश्मन मर फिर झिड़ा पै गया पिंड च पता लगा गुआढ़ी साडा फौट हो गया मर गया तो होर मैं की कहना फौट हो गया तो मतलब जज चढ़ गया डर फटे मर गया रे अहीं क्यों चलो साजो समान बंद करो ते रुपया भी दूर सब जाना लगा रे बाजे आले ते ए जेड़े टपड़े आले लै गए रुड़दे हुए ते मैं वो मुंह वाले टपड़े फिर दूसरे दिन फेंक दे उन्हें मैं सजा मैं भी आओ घबरू अपना रियाज करना थे मैं फिर शुरू कर लिया मैं फिर तड़के सुर लाता दुश्मन मरे फिर फिर की करना साडा नाल दा जेड़ा कंध सी ओ बंदा पूरा हो गया ते मैं कहा जी चलो रियाज च फिर पै गई पानी फिर मैं साजिया नू कहा मैं कहा बह बह निकलो भी रुपया तुहानू कोई नहीं मिलना साडे लागे नाल मर्ग हो गया इस करके कठे लै लो जाओ फिर ता मैं फिर कौड़ा घुट भर के मैं भी की दूर दूर से हर बार टबड़िया मैं आप ही लापया कर फिर कला ही मैं दुश्मन मर छड़या नहीं दुश्मन नहीं मैं छेड़ी कि छड़ा होना अखा मोरे हुंदा पिया ए ना टेकदा छदी ए ना वैरी नू ओ मैं गल कीती मेरे मन च बैठी मैं दुश्मन मारांगे जरूर मैं फेला था दुश्मन मरे फिर साडा कहने दादा पूरा हो गया तो बुढ़े साडे ने फालिया टोनो ना सारा गोनो हटना के सारा पिंड जो पूरा हो गया उदो ही हटना वाह ताया बहुत वधिया ही वधिया तो पता वा वधिया साडा दादा पूरा हो गया वधिया लगा डर फटे मुंह गीत गुट लाओ मन खराब हो गया दादा याद आ गया ओ गुरु ओ देखो हो गया फिर दौड़ होगी शुरू देखो कि मैं जा रहे हैं
ਵਾਹ ਤਾਇਆ, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਚੱਲ ਰਹੀਆਂ, ਨਾਲ ਨਾਲ ਗੀਤ ਚੱਲ ਰਿਹਾ, ਤੇ ਮੈਂ ਤਾਇਆ ਪੁੱਛਣਾ ਚਾਹੁੰਦਾ ਅੱਗੇ ਕੀ ਪੁੱਛਣਾ, ਅੱਗੇ ਜੋ ਮਰਜ਼ੀ ਪੁੱਛਣਾ, ਤੇਰੇ ਲਾਗੇ ਤਾਂ ਬੈਠਾ ਆਤਾ ਜੀ। ਉਦੋਂ ਬਾਅਦ ਆ ਫਿਰ ਕੋਈ ਘਟਨਾ, ਕੋਈ ਇਹੋ ਜਿਹੀ ਯਾਦਾਸ਼ਤ ਜਿਹੜੀ ਤੁਹਾਨੂੰ ਸਦਾ ਯਾਦ ਰਹਿੰਦੀ ਹੋਵੇ ਉਦੋਂ ਜੋ ਗਾਇਕੀ ਦੇ ਸਮੇਂ? ਘਟਨਾ ਥੋੜੀ, ਇੱਕ ਗਾਇਕੀ ਦੇ ਅੱਧ ਨੂੰ ਕਦਮ ਰੱਖਣਾ ਵੀ ਇੱਕ ਅਦਭੁਤ ਘਟਨਾ, ਜਿਹੜੀ ਭੁਲਾਇਆ ਹੀ ਨੀ ਭੁੱਲਦਾ। ਕਿੱਦਾਂ? ਉਹ ਮੈਂ ਨਾ ਜਿਹੜੀ ਜੀ ਨੂੰ ਕਿਹਾ ਬੈਠੇ, ਮੈਂ ਕਿਹਾ ਜਿਹੜੀ ਜੀ ਵੀ ਹਰ ਕੋਈ ਮਾਪਿਆ ਪੁੱਛਦਾ ਵੀ ਤੂੰ ਕੀ ਬਣਨਾ ਕੀ ਬਣਨਾ ਕੀ ਬਣਨਾ। ਹਾਂ ਤਾਂ ਸਾਰੇ ਪੁੱਛਦੇ ਆ। ਆਹੋ ਮੈਂ ਕਿਹਾ ਵੀ ਬੁੜਿਆ ਵੀ ਮੇਰੀ ਗੱਲ ਸੁਣ ਲਾ, ਸਾਰੇ ਪਿਓ ਪੁੱਛਦੇ ਬੱਚੇ ਨੂੰ ਵੀ ਕੀ ਬਣਨਾ, ਤੂੰ ਕਦੇ ਪੁੱਛਿਆ ਹੀ ਨਹੀਂ, ਇਹ ਮੌਕਾ ਤੈਨੂੰ ਦਿੰਦਾ, ਜਾ ਤੂੰ ਪੁੱਛ ਲਾ ਮੈਨੂੰ ਕੀ ਬਣਨਾ। ਫਿਰ ਤਾਂ ਤੇ ਉਹ ਮੈਨੂੰ ਕਹਿੰਦਾ ਲੈ ਤੂੰ ਦੱਸ ਦੇ ਵੀ ਕੀ ਬਣਨਾ। ਫਿਰ ਮੈਂ ਕਿਹਾ ਵੀ ਮੈਂ ਤਾਂ ਬਣਨਾ ਗਾਇਕ ਆ। ਤਾਂ ਫਿਰ ਡੈਡੀ ਕਹਿੰਦਾ, ਡੈਡੀ ਕਹਿੰਦਾ ਜਾ ਇੱਥੋਂ ਚਲੇ ਜਾ, ਜੋ ਬਣਨਾ ਬਣ ਜਾ, ਦਫਾ ਹੋ। ਫਿਰ ਤਾਂ ਮੈਂ ਸਾਲ ਕਰਿਆ ਗਵਈਆ ਤੇ ਗਾਇਕੀ ਮੈਂ ਕਰਨੀ। ਅੱਛਾ ਫਿਰ ਤੇ ਛੱਡ ਕੱਢ ਦਿੱਤੀ, ਬਾਅਦ ਚ ਨੀ ਲਗਾਤਾਰ ਯਾਦੀ ਰੱਖੀ? ਲਗਾਤਾਰ ਕਿ ਦੋ ਢਾਈ ਕਿੱਲੇ ਹੀ ਕਿਲਾ ਆ ਕੇ ਲੱਗ ਗਿਆ ਪਹਿਲੀ ਟੇਪ ਤੇ ਹੀ, ਮਗਰੋਂ ਜਿਹੜਾ ਕਿਲਾ ਸੀ ਉਹ ਤੇ ਚੌਲ ਚੂਲ ਦਾਣਾ ਦੂਣਾ ਕੋ ਖਾਣਾਂਗੇ ਟੱਬਰ ਟੇ ਨੂੰ ਦੇਣ ਲਈ। ਮੈਂ ਮਰਾਂ ਇਹਨੂੰ ਦਫਾ ਕਰੋ, ਇਹ ਗਾਇਕੀ ਤੇ ਥੋੜੀ ਜਿਹੀ ਹੋਰ ਨਿਖਾਰ ਮੰਗਦੀ ਆ। ਹਾਂ ਇਹ ਤਾਂ ਸਹੀ। ਮੈਂ ਕਿਹਾ ਵੀ ਸਾਜ ਚਾਹੀਦੇ ਆ ਰਿਆਜ ਦੇ ਲਈ ਤੇ ਮੈਨੂੰ ਇੱਕ ਵਾਚਾ ਚਾਹੀਦਾ। ਹਾਂ ਤਾਂ ਵਾਜਾ ਤਾਂ ਹਰੇਕ ਸਿੰਗਰ ਤੋਂ ਹੁੰਦਾ ਹੁੰਦਾ, ਕਈ ਗਰੀਬ ਕਪੜੇ ਹੁੰਦੇ। ਮੇਰਾ ਕਿਹਾ ਨਹੀਂ ਵੀ ਹੁੰਦਾ ਵਾਜਾ ਮੇਰੇ ਕੋਲ ਨਾ, ਜੇ ਮੈਂ ਨਾ ਆਲਾ ਬੜਾ ਵੇਹਣਾ ਫਿਰਾਂ ਵੀ ਵਾਜੇ ਤੋਂ ਬਗੈਰ ਰਿਆਜ਼ ਕਰਨਾ ਕਰੀਏ ਮਗਰੋਂ ਫਿਰ। ਅੱਛਾ ਫਿਰ ਅਡਾਰ ਦਾ ਵਾਜਾ ਲੈ ਲੈ, 250 ਟਪੜੇ ਵਾਲੇ ਨੂੰ ਵਾਜਾ ਨੂੰ ਦੇ ਦੇ। ਮੈਂ ਤਾਂ ਨੰਗ ਹੋਣ ਨੂੰ ਪਤਾ, ਮੈਂ ਨਾ ਪਿੰਡ ਪਰਾਤਾਂ ਦੇਖੀਆਂ ਦੋ ਜਿਹੜੀਆਂ ਰਸੋਈ ਚ ਪਈਆਂ। ਅੱਛਾ ਅੱਛਾ ਪਰਾਤਾਂ, ਪਰਾਤਾਂ ਹੀ ਕਿਹਾ, ਹੋਰ ਕਾਰਟੂਸ ਕਹਿਤਾ ਤੈਨੂੰ? ਅੱਛਾ ਫਿਰ ਪਰਾਤਾਂ ਦੋ ਵਜੇ। ਮੈਂ ਕਿਹਾ ਵੀ ਇਹਨੂੰ ਵੇਚ ਕੇ ਇੱਕ ਵਾਜਾ ਚ ਲੈ ਕੇ ਆਈਏ, ਵੀ ਇਹ ਦਾਦੀ ਆੜੀ ਨੇ ਪਰਾਤਾਂ ਚ ਕੀ ਆਟਾ ਗੁੰਨਣਾ, ਆਟਾ ਤੇ ਉਹ ਦੂਰੀ ਪਰਾਤ ਚ ਬੇਰਾ ਹੋ ਜਾਂਦਾ। ਉਹ ਦੋ ਮੈਂ ਪਰਾਤਾਂ ਵੇਚ ਕੇ ਕਿਤੋਂ ਵਾਜਾ ਲਿਆਂਦਾ, ਤੇ ਦੋ ਦਿਨ ਮਗਰੋਂ ਬਾਅਦ ਬੁੜੀਆਂ ਪਰਾਤਾਂ ਲੱਭਦੀਆਂ ਰਹਿਣ, ਤੇ ਮੈਂ ਵੀ ਪਰਾਤਾਂ ਹੁਣ ਕੀ ਲੱਭਣੀਆਂ। ਆ ਜਿਹੜਾ ਵਾਜਾ ਪਿਆ ਇਹ ਪਰਾਤਾਂ ਤੋਂ ਹੀ ਕਨਵਰਟ ਹੋ ਕੇ ਆਇਆ। ਅੱਛਾ ਅੱਛਾ ਪਰਾਤਾਂ ਵਿੱਚ ਕੀ ਵਾਜਾ? ਉਹ ਵਾਜਾ ਲੈ ਬੈਠਾ ਮੈਂ, ਬੜਾ ਉਹਨਾਂ ਨੂੰ ਸਿਰਕ ਪਾਈ ਕੀਤਾ, ਸਾਲਾ ਗਾਰਾ ਭਾਰਾ ਕਈ ਕੁਛ ਮੈਂ ਕਹਿੰਦਾ ਕੁੰਦਾ ਰਿਹਾ, ਤੇ ਮੇਰੇ ਕੋਲ ਉਹ ਬਲ ਬਲ ਗਿਆ। ਫਿਰ ਮੈਂ ਸੋਚਿਆ ਵੀ ਮਨਾ ਇਹਦੇ ਵਿੱਚ ਸ਼ੈ ਕਿਹੜੀ ਆ ਜਿਹੜੀ ਇਹਦੇ ਵਿੱਚ ਆਵਾਜ਼ ਕੱਢਦੀ ਆ, ਵੀ ਇਹਨੂੰ ਖੋਲ ਕੇ ਦੇਖਿਆ ਜਾਵੇ। ਵਾਜੇ ਨੂੰ ਖੋਲ ਕੇ? ਵਾਜੇ ਨੂੰ ਖੋਲਣਾ ਹੀ ਹੋਰ ਕਮੜਿਆ ਦਿਮਾਗ ਆਪਦਾ ਖੋਲਣਾ, ਤੂੰ ਵੀ ਖੋਲ ਮਾੜਾ ਦਿਮਾਗ। ਅੱਛਾ ਵਾਜਾ ਜਦੋਂ ਮੈਂ ਖੋਲਿਆ ਤੇ ਉਹ ਜਦੋਂ ਮੈਂ ਵੇਖਿਆ ਕੀ ਨਿਕਲਿਆ ਤਾ? ਨਿਕਲਣਾ ਉਹਦੇ ਬਾਈ ਸ਼ਿਕੂ ਹੀ, ਉਹ ਲੱਕੜਾਂ ਜਿਹੀਆਂ ਇਕੱਠੀਆਂ ਹੋਈਆਂ ਮੇਰੇ ਕੋਲ, ਡੀਰੀਆਂ ਰਹੀਆਂ, ਤਾਰਾਂ ਜਿਹੀਆਂ, ਲੱਕੜਾਂ ਜਿਹੀਆਂ, ਫੂਕੀਆਂ ਜਿਹੀਆਂ, ਇਹ ਹੀ ਹੋਣਾ ਸੀ ਵਿੱਚ? ਉਦੋਂ ਨਹੀਂ ਸੀ ਨਾ ਪਤਾ ਵੀ ਆਈ ਉਹ ਕੁਝ ਹੋਣਾ। ਹੋਰ ਮੈਂ ਬੈਠਾ ਭਰਾਵਾ ਮਗਰੋਂ, ਥੋੜਾ ਇਕੱਠਾ ਨਾ ਹੋਵੇ ਮੇਰੇ ਤੋਂ। ਅੱਛਾ ਬਾਅਦ ਚ ਜੁੜੇ ਨਾ? ਉਹ ਜੁੜਨਾ ਪਤਾ ਨੀ ਕਿਹਦੇ ਫੇਵੀਕੋਰ ਨਾਲ ਲਾਇਆ ਸੀ ਉਹਨਾਂ, ਮੈਂ ਤੋਂ ਜੁੜਿਆ ਨੀ। ਮੈਂ ਇਕੱਠਾ ਕਰਕੇ ਬੋਰੀ ਚ ਪਾ ਕੇ ਤੇ ਮੁੜੇ ਤੇ ਰੱਖ ਕੇ ਕੁਆੜੀਆਂ ਨੂੰ ਦੱਸਿਆ, ਮੈਂ ਕਿਹਾ ਉਹਨਾਂ ਨੂੰ ਖੋਰੇ ਜੋੜਨਾ ਜਾਣਨਾ ਹੁੰਦਾ। ਅੱਛਾ ਫਿਰ ਮੈਂ ਵੀ ਇਹਨਾਂ ਜੋੜਨਾ ਹੁੰਦਾ, ਉਹ ਕਹਿੰਦੇ ਨਾ ਬਈ ਇਹ ਸਾਡੇ ਵਾਸਤੇ ਰੋਗ ਨਹੀਂ। ਫਿਰ ਤਾਂ ਮੈਂ ਕਿਹਾ ਨਹੀਂ ਤੁਹਾਡੇ ਵਾਸਤੇ ਰੋਗ, ਆ ਚੱਕੋ ਤੁਹਾਡੇ ਪੱਲੇ, ਇਹ ਦੱਸੋ ਰੁਪਈਏ ਕਿੰਨੇ ਦਊਂਗੇ। ਫਿਰ ਤਾਂ
ਉਹ ਡੇਢ ਰੁਪਈਏ ਵੀ ਤੇ ਮੈਂ ਕਿਹਾ ਨਹੀਂ ਮੈਂ ਤੇ ਲੈਣੇ ਤੀ ਦਹਾਂ ਤੇ ਕੰਮ ਅੜ ਗਿਆ ਹਾਂ ਜੀ ਮੈਂ ਕਿਹਾ ਲਿਆ ਫੜਾਓ ਜੇ ਨਹੀਂ ਉਹ ਕਹਿੰਦੇ ਨਹੀਂ ਵੀ ਅਸੀਂ ਰੁਪਈਆ ਵੱਧ ਜਿਹੜਾ ਮੈਂ ਕਿਹਾ ਮੈਂ ਤੀਆਂ ਤੋਂ ਰੁਪਈਆ ਕੱਢ ਲੈਣਾ ਮੈਂ ਫੜਿਆ ਵਾਜਾ ਮੈਂ ਦਿਮਾਗ ਖਰਾਬ ਆ ਤੁਹਾਨੂੰ ਦਊ ਮੈਂ ਇਹਦੀ ਚਾਹ ਬਣਾ ਕੇ ਪੀ ਨਾ ਵੀ ਉਹ ਵਾਜੇ ਦੀ ਘਰੇ ਆ ਕੇ ਬਾਰਾ ਚਾਹ ਬਣਾ ਕੇ ਪੀਤੀ ਤੇ ਉਹ ਚਾਹ ਦੇ ਨਾਲ ਫਿਰ ਮੇਰੇ ਸੁਰ ਖੇੜੀ ਵਾਜੇ ਵਾਲੀ ਚਾਹ ਨਾ ਸਰੀਲੀ ਚਾਹ ਬਣ ਗਈ ਹੁਣ ਨਾ ਕਿਤੇ ਉਹ ਸਰੀਲੀ ਦੀ ਚਾਹ ਦੇ ਨਾਲ ਫਿਰ ਮੈਂ ਜਦੋਂ ਕੈਮ ਜਿਹਾ ਹੋ ਕੇ ਲਾਏ ਜਦੋਂ ਸੁਰ ਉਦੋਂ ਪਾਇਆ ਫਿਰ ਮੈਂ ਟੇਪ ਕੱਢੀ ਚੱਕ ਲੋ ਨੱਚੇ ਗਿੱਧੇ ਦੇ ਵਿੱਚ ਅੱਛਾ ਅੱਛਾ ਉਦੋਂ ਬਾਅਦ ਕੱਢੀ ਹਾਂ ਉਦੋਂ ਪਹਿਲਾਂ ਤੇ ਨਿਕਲੇ ਕੁਛ ਨੀ ਤੇ ਲਓ ਬਸ ਕਰੋ ਖਬ ਗਿਆ ਮੈਂ ਹਿਸਾਬ ਨਾਲ ਇੰਟਰਵਿਊ ਲਿਆ ਕਰੋ ਬਸ ਗੀਤ ਗੂਤ ਮਨੋਰੰਜਨ ਸੰਜਨ ਲਾ ਜਾ ਕਰੋ ਉਹ ਗੀਤ ਲਾ ਬੱਚੇ कदे आखी शॉपिंग करा दे सोनिया कदे आखी फिल्म दिखा दे सोनिया कदे आखी शॉपिंग करा दे सोनिया कदे आखी फिल्म दिखा दे सोनिया कदे आखी जीप च घुमा दे सोनिया फोन च पवावा कदे बक बिलो राणिए साडे केड़ा चल दे ट्रक साडे केड़ा चल दे ट्रक बिलो राणिए इन्नियां डिमांडां ना तू रख ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇਖ ਰੱਖ ਸਾਡੇ ਕਿਹੜਾ ਚੱਲ ਦੇਖ ਰੱਖ ਬਿੱਲੋ ਰਾਣੀ ਡਿਮਾਂਡਾਂ ਨਾ ਤੂੰ ਰੱਖ ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀ ਸਾਡੇ ਕਿਹੜਾ ਚੱਲ ਦੇਖ ਰੱਖੋ ਗੱਡੀ ਲੈ ਲੈ ਮਨ ਟੈਰੋ ਤੂੰ ਜੱਟ ਦੀ ਨਜ਼ਾਰਾ ਹੁਣ ਵੇਖਦੇ ਬਲੈਰੋ ਤੂੰ ਨਿੱਤ ਮੈਨੂੰ ਆਖੇ ਗੱਡੀ ਲੈ ਲੈ ਮਨ ਟੈਰੋ ਤੂੰ ਜੱਟ ਦੀ ਨਜ਼ਾਰਾ ਹੁਣ ਵੇਖਦੇ ਬਲੈਰੋ ਤੂੰ ਮਹਿੰਗੀਆਂ ਚੀਜ਼ਾਂ ਤੇ ਰੱਖੇ ਹੱਥ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਵਿੱਚ ਰੱਖ ਯੂ ਆਰ ਲਿਸਨਿੰਗ ਟੂ ਹਰਮਨ ਰੇਡੀਓ ਸਟੇ ਟਿਊਨ 24 hours 7 days ਫਰੋਮ ਯੋਰ ਹਾਰਟ